ਦੋਸਤੋ ਪਿਛਲੇ 1-2 ਮਹੀਨਿਆਂ ਤੋਂ ਮੇਰੇ ਕੋ ਟਰੈਕਟਰ ਦੀ ਸੇਲ ਰਿਪੋਰਟ ਜਿਹੜੀ ਆ ਉਹ ਨਹੀਂ ਪਈ ਤੇ ਬਹੁਤ ਲੋਕਾਂ ਦੇ ਮੈਸੇਜ ਆਏ ਹੀਗੇ ਕਾਫੀ ਜ਼ਿਆਦਾ ਪਿੱਛੇ ਬਿਜ਼ੀ ਰਹੇ ਆ ਇਸ ਕਰਕੇ ਨਹੀਂ ਪਈ ਤੁਸੀਂ ਸਾਰੇ ਜਾਣਦੇ ਹੋ ਕਿ ਇੱਕ ਇੱਕ ਕਰਕੇ ਕੋਈ ਨਾ ਕੋਈ ਬਵਾਦ ਵਿਵਾਦ ਚੱਲਦਾ ਰਹਿੰਦਾ ਜਿਹਦੇ ਕਰਕੇ ਜੜੀਆਂ ਸਾਡੀਆਂ ਆਟੋਮੋਬਾਈਲ ਵਾਲੀਆਂ ਵੀਡੀਓ ਨੇ ਉਹ ਕੋਈ ਨਾ ਕੋਈ ਵਿੱਚ ਮਿਸ ਹੋ ਜਾਂਦੀ ਹੈ ਸੋ ਇਸ ਮਹੀਨੇ ਮੈਂ ਕੋਸ਼ਿਸ਼ ਕਰ ਰਿਹਾ ਕਿ ਸਾਰੀ ਸੇਲ ਰਿਪੋਰਟ ਜਿਹੜੀ ਹੈ ਉਹ ਤੁਹਾਡੇ ਤੱਕ ਜਨਤਕ ਕਰਾਂ ਕਿਉਂਕਿ ਵਿੱਚ ਵਿੱਚ ਸਾਡਾ ਟਾਈਮ ਹੀ ਨਿਕਲ ਰਿਹਾ ਸੋ ਆਪਾਂ ਇਸ ਵੀਡੀਓ 'ਚ ਗੱਲਬਾਤ ਕਰਨੀ ਹੈ ਟੌਪ 10 ਟਰੈਕਟਰ ਬ੍ਰਾਂਡ ਬਾਰੇ ਕਿੰਨੇ ਕਿੰਨੇ ਟਰੈਕਟਰ ਸੇਲ ਕੀਤੇ ਆ ਤੇ ਕਿਹੜੀ ਕੰਪਨੀ ਦੀ ਕਿਹੜੀ ਪੋਜੀਸ਼ਨ ਰਹੀ ਆ ਪਿਛਲੇ ਸਾਲ ਦੇ ਨਾਲੋਂ ਸੇਲ ਕਈਆਂ ਦੀ ਵਧੀ ਆ ਕਈਆਂ ਦੀ ਘਟੀ ਆ ਨਾਲ ਦੀ ਨਾਲ ਆਪਾਂ ਜੁਲਾਈ 2023 ਔਰ ਜੁਲਾਈ 2024 ਦੋਨਾਂ ਦੀ ਸੇਲ ਬਾਰੇ ਗੱਲਬਾਤ ਕਰ ਲੈਣੀ ਆ ਕੁਝ ਕੰਪਨੀਆਂ ਦੀ ਸੇਲ ਬਹੁਤ ਘਟੀ ਆ ਕੁਝ ਦੀ ਬਹੁਤ ਵਧੀ ਆ ਸੋ 10 ਟਾਪ 10 ਕੰਪਨੀਆਂ ਨੇ 10ਵੇਂ ਨੰਬਰ ਤੇ ਜੀ ਇੰਡੋਫਾਰਮ ਜੁਲਾਈ 2023 ਚ ਇਹਨਾਂ ਨੇ ਵਿੱਚ ਇਹ 385 ਟਰੈਕਟਰ 24 ਚ ਇਹਨਾਂ ਨੇ ਵਿੱਚ ਇਹ 352 ਟਰੈਕਟਰ 9ਵੇਂ ਨੰਬਰ ਤੇ ਰੀਜੀ ਪੰਜਾਬ ਦੀ ਕੰਪਨੀ ਪ੍ਰੀਤ ਪ੍ਰੀਤ ਦੀਆਂ ਕੰਬਾਈਨਾਂ ਵੀ ਆਉਂਦੀਆਂ ਹੋਰ ਵੀ ਕਈ ਚੀਜ਼ਾਂ ਆਉਂਦੀਆਂ ਨੇ ਇਹ ਫਿਲਹਾਲ ਟਰੈਕਟਰਾਂ ਦੀ ਗੱਲ ਆ ਜੁਲਾਈ 2023 ਚ ਇਹਨਾਂ ਨੇ ਵਿੱਚ ਅਸੀਂ 405 ਟਰੈਕਟਰ ਜੁਲਾਈ 2024 ਚ ਇਹਨਾਂ ਨੇ 399 ਟਰੈਕਟਰ ਸੇਲ ਕੀਤੇ ਆ 8ਵੇਂ ਨੰਬਰ ਤੇ ਜੀ ਕੈਪਟਨ ਜੁਲਾਈ 23 ਦੇ ਵਿੱਚ 606 ਟਰੈਕਟਰ ਜੁਲਾਈ 2024 ਚ 482 ਟਰੈਕਟਰ ਕੁੱਲ ਕੈਪਟਨ ਨੇ ਸੇਲ ਕੀਤੇ ਆ ਇਹ ਜਿਹੜੀ ਸੇਲ ਆ ਆ ਆਲ ਇੰਡੀਆ ਦੀ ਹੈ ਇਕੱਲੇ ਪੰਜਾਬ ਦੀ ਨਹੀਂ ਹੈ 7ਵੇਂ ਨੰਬਰ ਤੇ ਜੀ ਕੁਬੋਟਾ ਜੁਲਾਈ 2023 ਦੇ ਵਿੱਚ 1770 ਟਰੈਕਟਰ ਇਹਨਾਂ ਨੇ ਸੇਲ ਕੀਤੇ ਸੀ ਜੁਲਾਈ 2024 ਦੇ ਵਿੱਚ 1194 ਟਰੈਕਟਰ ਸੇਲ ਕੀਤੇ ਆ 6ਵੇਂ ਨੰਬਰ ਤੇ ਜੀ ਨਿਊ ਹਾਲੈਂਡ ਜਿਹੜੀ ਕਾਫੀ ਜ਼ਿਆਦਾ ਵਧੀਆ ਤਰੱਕੀ ਕਰ ਰਹੀ ਹੈ ਹਰ ਮਹੀਨੇ ਸੇਲ ਵੀ ਇਹਦੀ ਵਧੀਆ ਹੁੰਦੀ ਹੈ ਪਿਛਲੇ ਸਾਲ ਦੇ ਨਾਲੋਂ ਵੀ ਇਹਦੀ ਸੇਲ ਵਧੀ ਆ ਜੁਲਾਈ 2023 ਦੇ ਵਿੱਚ ਇਹਨਾਂ ਨੇ ਵਿੱਚ ਇਹ 2042 ਟਰੈਕਟਰ ਜੁਲਾਈ 2024 ਚ ਇਹਨਾਂ ਨੇ 2201 ਟਰੈਕਟਰ ਕੁੱਲ ਸੇਲ ਕੀਤੇ ਆ ਤਕਰੀਬਨ ਤੁਸੀਂ ਲਾਓ 150 ਪਲੱਸ ਟਰੈਕਟਰ ਦੀ ਸੇਲ ਇਹਨਾਂ ਦੀ ਵਧੀਆ ਪੰਜਵੇਂ ਨੰਬਰ ਤੇ ਸਕਾਟ ਸਕਾਟ ਦੇ ਅੰਡਰ ਹੋਰ ਵੀ ਦੋ ਤਿੰਨ ਕੰਪਨੀਆਂ ਆ ਜਾਂਦੀਆਂ ਜਿਵੇਂ ਕਿ ਫਾਰਮ ਟਰੈਕ ਡਿਜੀ ਟਰੈਕ ਇਦਾਂ ਦੀਆਂ ਕੁਝ ਕੰਪਨੀਆਂ ਨੇ ਜੁਲਾਈ 2023 ਚ ਇਹਨਾਂ ਨੇ ਵਿੱਚ ਹੀ 5166 ਟਰੈਕਟਰ ਜੁਲਾਈ 2024 ਚ 5346 ਟਰੈਕਟਰ ਸੇਲ ਕੀਤੇ ਆ ਪਿਛਲੇ ਸਾਲ ਦੇ ਨਾਲੋਂ ਇਹਨਾਂ ਦੀ ਸੇਲ ਵੀ ਵਧੀ ਆ ਚੌਥੇ ਨੰਬਰ ਤੇ ਜੀ ਜੌਨ ਡੀਅਰ ਜੌਨ ਡੀਅਰ ਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਖਾਸ ਕਰਕੇ ਪੰਜਾਬ ਦੇ ਵਿੱਚ ਸੋ ਸੇਲ ਤੇ ਜਿਹੜੀ ਆ ਆਲ ਇੰਡੀਆ ਦੀ ਆ 5000 ਤੇ 78 ਟਰੈਕਟਰ 5078 ਜੁਲਾਈ 2023 ਦੇ ਵਿੱਚ ਸੇਲ ਕੀਤੇ ਹੀ ਤੇ ਜੁਲਾਈ 2024 ਚ ਇਹਨਾਂ ਨੇ ਵਿੱਚ 5614 ਟਰੈਕਟਰ ਤਕਰੀਬਨ ਮੰਨ ਕੇ ਚਲੋ 100 ਸਵਾ 100 ਟਰੈਕਟਰ ਇਹਨਾਂ ਨੇ ਵੱਧ ਸੇਲ ਕੀਤਾ ਹੈ ਤੀਸਰੇ ਨੰਬਰ ਤੇ ਜੀ ਪੰਜਾਬ ਦੀ ਕੰਪਨੀ ਸੋਨਾਲੀਕਾ 7600 73 7673 ਟਰੈਕਟਰ ਇਹਨਾਂ ਨੇ ਸੇਲ ਕੀਤੇ ਜੁਲਾਈ 2023 ਦੇ ਵਿੱਚ ਜੁਲਾਈ 2024 ਦੇ ਵਿੱਚ ਇਹਨਾਂ ਨੇ 7493 ਟਰੈਕਟਰ ਕੁੱਲ ਸੇਲ ਕੀਤੇ ਆ ਔਰ ਦੂਸਰੇ ਨੰਬਰ ਤੇ ਜੀ ਟਾਫੇ ਟਾਫੇ ਦੇ ਅੰਡਰ ਵੀ ਦੋ ਕੰਪਨੀਆਂ ਆਉਂਦੀਆਂ ਨੇ ਸਾਰਿਆਂ ਦੀ ਕੁੱਲ ਸੇਲ ਮਿਲਾ ਕੇ 10492 ਟਰੈਕਟਰ ਇਹਨਾਂ ਨੇ ਜੁਲਾਈ 2023 ਦੇ ਵਿੱਚ ਸੇਲ ਕੀਤੇ ਜੁਲਾਈ 2024 ਦੇ ਵਿੱਚ 10284 ਟਰੈਕਟਰ ਕੁੱਲ ਸੇਲ ਕੀਤੇ ਆ ਇਹਨਾਂ ਦੀ ਸੇਲ ਥੋੜੀ ਜੀ ਘਟੀ ਆ ਔਰ ਪਹਿਲੇ ਨੰਬਰ ਤੇ ਆ ਦੋਸਤੋ ਮਹਿੰਦਰਾ ਐਂਡ ਮਹਿੰਦਰਾ ਗਰੁੱਪ ਯਾਨੀ ਕਿ ਮਹਿੰਦਰਾ ਦੇ ਵੀ ਟਰੈਕਟਰ ਤੇ ਸਵਰਾਜ ਦੇ ਵੀ ਟਰੈਕਟਰ ਹੋਰ ਵੀ ਇੱਕ ਦੋ ਕੰਪਨੀਆਂ ਨਾਲ ਇੰਟਰ ਆਉਂਦੀਆਂ ਨੇ ਇਹਨਾਂ ਨੇ ਜੁਲਾਈ 2023 ਦੇ ਵਿੱਚ ਵਿੱਚ ਹੀ 24168 ਟਰੈਕਟਰ ਜੁਲਾਈ 2024 'ਚ ਇਹਨਾਂ ਨੇ ਸੇਲ ਕੀਤੇ 25587 ਟਰੈਕਟਰ ਇਹਨਾਂ ਦੀ ਸੇਲ ਵੀ ਪਲੱਸ ਦੇ ਵਿੱਚ ਹੋਈ ਆ ਸੇਲ ਵਧੀ ਆ ਸੋ ਦੋਸਤੋ ਇਹ ਸੀਗੀਆਂ 10 ਟਰੈਕਟਰ ਕੰਪਨੀਆਂ ਜਿਨ੍ਹਾਂ ਦੀ ਸੇਲ ਇੰਡੀਆ ਦੇ ਵਿੱਚ ਟੌਪ ਤੇ ਰਹੀ ਆ ਔਰ ਇਹ ਸੇਲ ਜਿਹੜੀ ਆ ਆਲ ਇੰਡੀਆ ਦੀ ਆ ਕੱਲੇ ਪੰਜਾਬ ਦੀ ਨਹੀਂ ਆ ਸੋ ਦੋਸਤੋ ਮਿਲਦੇ ਆ ਫੇਰ ਨਵੀਂ ਵੀਡੀਓ ਦੇ ਨਾਲ ਧੰਨਵਾਦ